ਜਲਾਲਾਬਾਦ ਫਿਰੋਜ਼ਪੁਰ ਫਜ਼ਿਲਕਾ ਹਾਈਵੇ ਤੇ ਬੱਸ ਅਤੇ ਕਾਰ ਦੇ ਵਿਚਾਲੇ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਬਸਤੀ ਬਾਬਾ ਸਰੂਪ ਦਾਸ ਕਾਲੂ ਵਾਲਾ ਸੜਕ ਤੇ ਖੱਡੇ ਹੋਣ ਦੇ ਚਲਦਿਆਂ ਇੱਕ ਕਾਰ ਆਪਣਾ ਸੰਤੁਲਨ ਗਵਾ ਕੇ ਬੱਸ ਵਿੱਚ ਜਾ ਟਕਰਾਈ ਅਤੇ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਬੱਸ ਅਤੇ ਕਾਰ ਦੋਹਾਂ ਦਾ ਵੱਡਾ ਨੁਕਸਾਨ ਹੋ ਗਿਆ। ਬੱਸ ਡਰਾਈਵਰ ਦੇ ਦੱਸੇ ਮੁਤਾਬਕ ਕਾਰ ਸਵਾਰ ਓਵਰ ਸਪੀਡ ਸੀ ਅਤੇ ਸੜਕ ਵਿੱਚ ਖੱਡੇ ਹੋਣ ਦੇ ਚਲਦਿਆਂ ਕਾਰ ਸਵਾਰ ਕਾਰ ਤੋਂ ਆਪਣਾ ਸੰਤੁਲਨ ਖੋ ਬੈਠਿਆ ਅਤੇ ਬੱਸ ਵਿੱਚ ਜਾ ਟਕਰਾਇਆ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਕਾਰ ਚਾਲਕ ਤੇ ਸੱਟਾਂ ਲੱਗੀਆਂ ਅਤੇ ਬੱਸ ਦੇ ਵਿੱਚ ਸਵਾਰ ਕੁਝ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ। ਅਸੀਂ ਫਾਜ਼ਿਲਕਾ ਤੋਂ ਆ ਰਹੇ ਸੀ, ਅੰਮ੍ਰਿਤਸਰ ਜਾਣਾ ਸੀਗਾ। ਇੱਧਰੋਂ ਕਾਰ ਜਿਹੜੀ ਹੈ ਉਹ ਓਵਰ ਸਪੀਡ 'ਤੇ ਆ ਰਹੀ ਸੀ ਜੀ। ਜਿੱਥੇ ਕਾਰ ਵੱਜੀ ਹੈ ਉੱਥੋਂ ਪਿੱਛੇ ਉੱਪਣੀ ਹੈ, ਤਕਰੀਬਨ ਕਿੱਲਾ ਡੇਢ ਕਿੱਲਾ ਵਾੜ ਦੇ ਉੱਥੇ ਆ ਕੇ ਸਾਡੇ ਵਿੱਚ ਵੱਜੀ ਹੈ। ਗਲਤੀ ਕਾਰ ਵਾਲੇ ਦੀ ਹੈ, ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਨਹੀਂ ਹੋਇਆ। ਜਿਹੜਾ ਕਾਰ ਚਲਾਉਣ ਵਾਲਾ ਸੀਗਾ ਉਹ ਭੱਜ ਚੁੱਕਿਆ, ਹੈਗੇ ਮੁਲਾਜ਼ਮ ਆ ਪੁਲਿਸ ਮੁਲਾਜ਼ਮ। ਜੇ ਪੁਲਿਸ ਮੁਲਾਜ਼ਮ ਵੀ ਇੱਦਾਂ ਕਰਨਗੇ ਓਵਰ ਸਪੀਡ 'ਤੇ ਗੱਡੀਆਂ ਚਲਾਉਣਗੇ ਤੇ ਫਿਰ ਆਮ ਪਬਲਿਕ ਦਾ ਕੀ ਹੋਊਗਾ? ਕੋਈ ਲੱਗਿਆ ਪਤਾ ਵੀ ਇਹ ਮੁਲਾਜ਼ਮ ਕਿੱਥੋਂ ਲਾਏ? ਇਹ ਮੁਲਾਜ਼ਮ ਹੈਗੇ ਮੋੜ ਕੇ ਜੀ। ਨਹੀਂ, ਇਹ ਕਾਰ ਸਪੀਡ 'ਤੇ ਸੀ? ਹਾਂਜੀ, ਬਹੁਤ ਸਪੀਡ 170 ਦੀ ਸਪੀਡ 'ਤੇ ਕਾਰ ਸੀ। ਅੱਛਾ, ਮੈਂ ਸਾਹਮਣੇ ਮੈਂ ਟਿਕਟ ਸਖੀਰੇ ਤੋਂ ਮੈਂ ਟਿਕਟਾਂ ਕੱਢਦਾ ਆਣਾ। ਹਾਂਜੀ, ਤੇ ਤੁਸੀਂ ਇਸੇ ਬੱਸ ਦੇ ਰੋਡਵੇ ਕਰੈਕਟਰ ਜੀ ਹੋਣੀ ਯਾਰ ਇਸੇ ਬੱਸ ਤੇ ਕਨੈਕਟ? ਹਾਂਜੀ, ਇਸੇ ਬੱਸ ਤੇ ਮੈਂ ਟਿਕਟਾਂ ਕੱਟ ਕੇ ਕੀ ਵਾਲੀ ਵਾਰੀ ਆਇਆ। ਜਦੋਂ ਮੈਂ ਅੱਗੇ ਆਇਆ ਤਾਂ ਮੈਂ ਸਾਹਮਣੇ ਮੇਰਾ ਧਿਆਨ ਸੀਗਾ ਬਹੁਤ ਜ਼ਿਆਦਾ ਸਪੀਡ ਤੇ ਉਖਲੀ 'ਚ ਵੱਜੀ ਗੱਡੀ, ਉਖਲੀ 'ਚ ਵੱਜਣ ਤੇ ਗੱਡੀ ਘੁੰਮ ਗਈ ਹੈ ਅੱਗੇ ਤੇ ਗੱਡੀ ਐ ਟੇਢੀ ਗੱਡੀ ਜਾ ਕੇ ਵੱਜੀ ਹੈ ਬੱਸ ਦੇ ਵਿੱਚ। ਬੱਸ ਦੇ ਵਿੱਚ ਹਾਂ, ਬੱਸ ਦੀ ਸਪੀਡ ਲਗਭਗ 50 ਤੋਂ 55 ਦੀ ਸਪੀਡ ਇੱਥੇ ਕਰਦੀ ਹੈ। ਮੈਂ ਨੋਰਮਲ ਸਪੀਡ ਜ਼ਿਆਦਾ ਹੁੰਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ। ਬਾਕੀ ਸਪੀਡ 50 ਫਾਜ਼ਿਲਕਾ ਤੋਂ ਚੱਲੇ ਤੁਸੀਂ? ਹਾਂਜੀ, ਫਾਜ਼ਿਲਕਾ ਚੱਲੇ ਸੀ, ਅੰਮ੍ਰਿਤਸਰ ਜਾਣਾ। ਅੱਛਾ, ਫਾਜ਼ਿਲਕਾ ਤੋਂ ਅੰਮ੍ਰਿਤਸਰ? ਹਾਂਜੀ, ਫਾਜ਼ਿਲਕਾ ਤੋਂ ਅੰਮ੍ਰਿਤਸਰ। ਮੇਰਾ ਨਾਮ ਗੁਰਦੀਪ ਸਿੰਘ ਨਾਮ ਮੇਰਾ ਜੀ, ਮੈਂ ਕਨੈਕਟਰ ਕਨੈਕਟਰ। ਹਾਂਜੀ, ਅਤੇ ਸੜਕ 'ਤੇ ਆ ਮੇਰਾ ਘਰ, ਘੱਟੋ ਘੱਟ 2-3 ਸਾਲ ਹੋ ਗਏ ਜੀ ਖੱਡੇ ਇੱਥੇ ਨੇ। ਹਾਂ, ਤਾਂ ਕੋਈ ਖੱਡਿਆਂ ਦੀ ਸੁਣਵਾਈ ਨਹੀਂ, ਕੋਈ ਵੇਂਦਾ ਨਹੀਂ। ਇੱਥੇ ਰੋਜ਼ ਐਕਸੀਡੈਂਟ ਹੁੰਦੇ, ਆਪੋ ਆਪਦੇ ਪੇਸ਼ੈਂਟ ਨੂੰ ਜੇ ਡਿੱਗਦਾ ਉਹਨੂੰ ਸੱਟਾਂ ਲੱਗਦੀਆਂ, ਵੇਲੇ ਚੱਕ ਕੇ ਲੈ ਜਾਂਦੇ ਜੀ। ਕੋਈ ਅਧਿਕਾਰੀ ਨਹੀਂ ਇੱਥੇ ਵੇਂਦਾ, ਕੋਈ ਸੁਣਦਾ ਨਹੀਂ। ਇਹ ਕੋਈ ਅੱਜ ਦਾ ਨਹੀਂ ਖੱਡਾ ਜੀ, ਕੱਲ੍ਹ ਪਰਸੋਂ ਵੀ ਇੱਥੇ ਉੱਥੇ ਗੱਡੀ ਘੁੰਮਦੀ ਕੰਮਦੀ ਆਟੋਆਂ 'ਚ ਵੱਜੀ, ਮੁੱਦੀ ਹੋਈ ਚਾਰੇ ਟਾਇਰ, ਉਹ ਤਾਂ ਰਾਤੀ 1:30 ਵਜੇ ਲੁੱਕੀ ਤੋੜ ਕੇ ਅਤੇ ਲੋਕਾਂ ਨੇ ਕੱਢਿਆ। ਅੱਜ ਵੀ ਅਸੀਂ ਤਾਂ ਘਰੇ ਸਾਂ ਤਾਂ ਖੜਕਾ ਸੁਣ ਕੇ ਬਾਹਰ ਆਏ ਹਾਂ, ਅਤੇ ਉਵੇਂ ਹੀ ਦੱਸਦੇ ਪਏ ਨੇ ਜੀ ਸਾਰੇ ਵੀ ਉੱਥੇ ਗੱਡੀ ਟੋਏ 'ਚ ਵੱਜੀ ਜੀ, ਕਾਰ ਜਗੋ ਬੱਸ ਆਉਂਦੀ ਸੀ ਐਕਸੀਡੈਂਟ ਹੋ ਗਿਆ। ਕਾਰਨ ਕੀ ਹੈ ਜੀ? ਤੁਹਾਡੇ ਹੀ ਇੱਥੇ ਟੋਏ ਨੇ ਜਾਂ ਕੋਈ ਬਾਏ ਨੇ, ਹੋਰ ਕਿਤੇ ਨਹੀਂ ਹੈਗੇ? ਇਹ ਨਹੀਂ ਮੈਨੂੰ ਪਤਾ ਜੀ ਕਾਰਨ ਕੀ। ਮੈਂ ਤਾਂ ਇਹ ਆਉਣਾ ਵੀ 3 ਸਾਲ ਦੇ ਨੇ, ਅਤੇ ਇਹ ਸਰਕਾਰਾਂ ਅਤੇ ਇਹ ਜਿਹੜੇ ਅਧਿਕਾਰੀ ਨੇ ਇਸ ਉੱਤੇ ਕਰਦੇ ਕੀ ਨੇ? ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਨੇ, ਕੋਈ ਨਹੀਂ ਮੈਂ ਕੋਈ ਨਹੀਂ ਕੀਤੀ ਜੀ, ਮੈਂ ਝੂਠ ਨਹੀਂ ਮਾਰਨਾ। ਅਤੇ ਸਾਡੇ ਪਿੰਡੋਂ ਜਾ ਕੇ ਬੰਦੇ ਵੀ ਬੀਬੀਆਂ ਵੀ ਕਾਫੀ ਗਏ ਨੇ, ਮਿਲ ਕੇ ਆਏ ਨੇ। ਪਾਣੀ ਦੀ ਨਿਕਾਸੀ ਕੋਈ ਜੀ 2-3 ਸਾਲ ਦੀ, ਪਾਣੀ ਬਾਟੀਆਂ ਨਾਲ ਕੱਢ ਕੱਢ ਕੇ ਸੜਕੋਂ ਪਾਰ ਟੋਲ ਲਿਆ। ਪਰ ਪਾਣੀ ਨੂੰ ਤਾਂ ਛੱਡਿਆ ਜੀ, ਹਰ ਗੱਡੀ ਇੱਥੇ ਰੁਕ ਕੇ ਜਾਂਦੀ। ਮੈਂ ਤਾਂ ਮੇਰੀ ਸਮਝ ਤੋਂ ਬਾਹਰ ਹੈ ਜੀ ਵੀ ਇਹ ਕਰਦੇ ਕੀ ਨੇ ਜੀ। ਜਦੋਂ ਗੱਡੀ ਹਰ ਮੁੱਖ ਮੰਤਰੀ ਦੀ ਗੱਡੀ ਵੀ ਇੱਥੇ ਬ੍ਰੇਕ ਲਾ ਕੇ ਲੰਘਦੀ, ਜਦੋਂ ਲੰਘੇ ਜੀ ਕੋਈ ਸੁਣਵਾਈ ਕੋਈ ਨਹੀਂ ਜੀ, ਕੋਈ ਵੇਂਦਾ ਹੀ ਕੋਈ ਨਹੀਂ। ਜੇ ਕੋਈ ਜਾਂਦੇ ਨੇ ਸਾਡੇ ਪਿੰਡ ਵਾਲੇ ਐਮਐਲਏ ਕੋਲ ਉਹ ਆਏ ਜੀ, ਉਹਨੇ ਵਿਸ਼ਵਾਸ ਦਵਾਇਆ ਕਰਾ ਜਾਂਗੇ, ਉਹਨੂੰ ਵਿਸ਼ਵਾਸ 'ਚ ਕੰਮ ਚੱਲ ਹੀ ਜਾਂਦਾ। ਉਹਨੇ ਤੈਨੂੰ 2.5 ਸਾਲ ਇਹਨਾਂ ਦੇ ਉੱਪਰ ਨੇ ਲੰਘ ਟੱਪ ਜਾਣਗੇ, ਹੋਰ ਆ ਜਾਏਗਾ। ਵਿਸ਼ਵਾਸ ਹੀ ਦਵਾਇਆ ਜਾ ਰਿਹਾ, ਕੰਮ ਨਹੀਂ ਕੀਤਾ। ਕੰਮ ਇੱਕ ਡੱਕੇ ਦਾ ਨਹੀਂ ਜੀ, ਡੱਕੇ ਦਾ ਕੰਮ ਨਹੀਂ। ਸਾਡੇ ਰਸਤਾ ਨੇ ਆ ਵੀ ਆਹ ਜਿਹੜੇ ਸਾਡੇ ਟੋਏ ਨੇ ਜੀ ਟੀ ਰੋਡ ਵਾਲੇ, ਇਹ ਤਾਂ ਭਰਨ ਘੱਟੋ ਘੱਟ ਹੋਰ ਕੋਈ ਨਾ ਕਰਨ। ਗੱਡੀ ਕੋਈ ਲੁੱਕ 'ਤੇ ਡਰੰਮ ਲੱਗਣਾ ਹੈ ਤਾਂ ਉਹ ਦਿਨ ਪਿੰਡ ਵਾਲਿਆਂ ਨੇ ਫੰਡ ਜੋੜ ਕੇ ਜੀ 100-100, 200-500, 1000-1000 ਪਿੰਡ ਵਾਲਿਆਂ ਜੋੜਿਆ। ਉਹ ਚੱਲ ਕੇ ਤੁਸੀਂ ਪੱਤਰਕਾਰ 'ਚ ਵੇਖ ਲਓ, ਅੱਧਾ ਪਾਸਾ ਜਿਹੜਾ ਸੀਮੈਂਟ ਦੇ ਬਜਰੀ ਨਾਲ ਆਪ ਭਰਿਆ ਪਿੰਡ ਵਾਲਿਆਂ, ਆਪ ਲੱਗ ਕੇ ਪਿੰਡੋਂ ਹੀ ਮਿਸਤਰੀ ਜਾ ਕੇ ਪਿੰਡੋਂ ਹੀ ਮਜ਼ਦੂਰ ਜਾ ਕੇ ਅੱਧੀ ਜਿਹੜੀ ਅੱਜ ਉਹਦੇ ਉਸ ਖੱਡੇ 'ਚ ਵੱਜੀ ਗੱਡੀ, ਜਿਸ ਕਰਕੇ ਆਹ ਕੰਮ ਹੋਇਆ।
ਸਾਡੀ ਤਾਂ ਹੱਥ ਬੰਨ ਕੇ ਬੇਨਤੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਰੂਪ ਹੈ ਸਰਕਾਰ ਚ ਪਾਣੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਖੱਡੇ ਬਣੇ, ਪਾਣੀ ਦੀ ਨਿਕਾਸੀ ਨਹੀਂ ਹੈਗੀ ਜੀ, ਉਹ ਪਾਣੀ ਉੱਥੇ ਨੀਵਾਂ ਨੇ ਉੱਥੇ ਖੜਦਾ, ਉੱਥੋਂ ਹੀ ਖੱਡੇ ਵੱਜ ਗਏ ਜੀ, ਖੱਡੇ ਵੀ ਵੱਜੇ ਤੁਹਾਡੀ ਗੱਲ ਨਾਲ ਬਿਲਕੁਲ, ਮੈਂ ਆਉਣਾ ਵੀ ਇਹ ਨੀਵਣ ਕਰਕੇ ਖੱਡੇ ਵੱਜੇ ਨੇ ਜੀ, ਅਤੇ ਉਸੇ ਕਰਕੇ ਜੀ, ਪਰ ਸੁਣਨ ਵਾਲਾ ਕੋਈ ਨਹੀਂ ਜੀ, ਮਾਮੂਲੀ ਖੱਡਾ ਜਿਹੜਾ ਐਡਾ ਬਣਿਆ ਪਿਆ ਹੈ, ਤੁਹਾਨੂੰ ਦੱਸਿਆ ਦੋ ਤਿੰਨ ਸਾਲ ਦੇ ਖੱਡਿਆਂ ਬਿਲਕੁਲ, ਕਿਉਂ ਨਹੀਂ ਇਹ ਮਤਲਬ ਇੰਨਾ ਧਿਆਨ ਦਿੰਦੇ ਆ, ਇਹ ਤਾਂ ਜਾਂ ਰੱਬ ਨੂੰ ਪਤਾ ਹੈ ਜਾਂ ਇਹਨਾਂ ਅਧਿਕਾਰੀਆਂ ਨੂੰ ਪਤਾ ਹੈ, ਤਾਂ ਇਸ ਤੋਂ ਜ਼ਿਆਦਾ ਸਾਡੀ ਬੇਨਤੀ ਸਰਕਾਰ ਨੂੰ, ਅਸੀਂ ਹੱਥ ਬੰਨ ਕੇ ਬੇਨਤੀ ਕਰਨੀ ਸਾਰੇ ਪਿੰਡ ਵਾਲੇ, ਉਹ ਪਿੰਡ ਵਾਲੇ ਵੀ ਆਉਂਦੇ ਬਣੇ, ਜੇਕਰ ਦੋ ਦਿਨ ਨਾ ਹੋਇਆ ਤਾਂ ਅਸੀਂ ਇੱਥੇ ਧਰਨਾ ਵੀ ਲਾਵਾਂਗੇ, ਤਾਂ ਬਿਲਕੁਲ ਲਾਵਾਂਗੇ ਜੀ, ਸਾਰੇ ਪਿੰਡ ਵਾਲੇ ਗਰੀਬ ਗੁਰਬਾ ਹੈ, ਸਧਾਰਨ ਲੋਕ ਨੇ, ਮਿਹਨਤ ਮਜ਼ਦੂਰੀ ਵਾਲੇ ਨੇ, ਪਰ ਰੋਜ਼ ਪਰੇਸ਼ਾਨੀ ਦਿਨ ਰਾਤ, ਸਾਡੀਆਂ ਤਾਂ ਰੋਟੀਆਂ ਰਾਮ ਮੰਨੀਆਂ ਰਹਿੰਦੀਆਂ, ਸਾਡੇ ਗੁਆਂਢ ਐਕਸੀਡੈਂਟ ਹੋ ਗਿਆ ਤਾਂ ਮੇਰੇ ਵਰਗੇ ਗੁੱਡਾਂ ਤੋਂ ਵੈਸੇ ਟੈਂਸ਼ਨ ਹੋ ਜਾਂਦੀ, ਇੰਨਾ ਹੀ ਕਹਿੰਦਾ ਹੋਇਆ ਮੈਂ, ਬੇਨਤੀ ਫਿਰ ਕਰਨਾ ਸਰਕਾਰ ਨੂੰ, ਯਾਰ ਸਾਡਾ ਇੱਕ ਪਾਣੀ ਦੀ ਨਿਕਾਸੀ ਇੱਕ ਟੋਏ ਸਾਡੇ ਭਰ ਦਿਓ, ਬਹੁਤ ਬਹੁਤ ਧੰਨਵਾਦ ਹੀ ਹੋਵਾਂਗੇ ਜੇ ਭਰਨਗੇ ਤਾਂ, ਨਹੀਂ ਤਾਂ ਫਿਰ ਅਸੀਂ ਤਾਂ ਫਿਰ ਜਿਹੜਾ ਜੀਣ ਜੀਣੇ ਪੈ ਜੀਣੇ ਪੈ, ਪਤਾ ਲੱਗ ਰਿਹਾ ਜੀ ਇਹਨਾਂ ਦੇ ਆਪਣੇ ਪਿੰਡ ਵਾਲਿਆਂ ਤੋਂ ਹੀ ਵੀ ਉੱਥੇ ਖੱਡੇ ਆ ਜੀ, ਖੱਡੇ ਤੋਂ ਗੱਡੀ ਕਹਿੰਦੇ ਬੁੜਕੀ ਹੈ, ਅਤੇ ਚਲੋ ਜਿਵੇਂ ਵੀ ਸੀ ਅਤੇ ਉਹ ਕਹਿੰਦੇ ਗੱਡੀ ਵੱਜੀ ਹੈ, ਤਾਂ ਸਾਨੂੰ ਪਿੰਡ ਵਾਲਿਆਂ ਤੋਂ ਹੀ ਪਤਾ ਲੱਗਿਆ ਸੀ, ਜੇ ਆਪ ਹੁਣੇ ਹੀ ਆਏ ਹਾਂ, ਅਸੀਂ ਹੋਸਪਿਟਲ ਤੋਂ ਉੱਠੇ ਆਏ ਹਾਂ, ਮੁੰਡਾ ਠੀਕ ਹੈ ਜੀ, ਥੋੜ੍ਹੀਆਂ ਮੋਟੀਆਂ ਚਲੋ ਸੱਟਾਂ ਲੱਗੀਆਂ, ਵਾਹਿਗੁਰੂ ਦੀ ਮਿਹਰ ਹੈ ਜੀ, ਸ਼ੁਕਰ ਹੈ ਜੀ ਮਾਲਕ ਦਾ, ਕਾਰ ਦਾ ਵੱਡਾ ਨੁਕਸਾਨ ਹੋ ਗਿਆ, ਹਾਂਜੀ ਹਾਂਜੀ ਚਲੋ ਜੀ, ਜੋ ਵਾਹਿਗੁਰੂ ਨੂੰ ਮਨਜ਼ੂਰ ਜੀ ਹੁਣ। ਅੱਛਾ ਕਹਿੰਦੇ ਕਾਰ ਸਪੀਡ 'ਤੇ ਸੀ ਜ਼ਿਆਦਾ, ਡਰਾਈਵਰ ਦੱਸਦੇ ਹੈ ਇਹ ਤਾਂ ਜੀ, ਹੁਣ ਵਾਹਿਗੁਰੂ ਜਾਣਦਾ ਹੈ, ਉਹ ਕਹਿੰਦੇ 170 'ਤੇ ਚੜ੍ਹਦੀ, ਮੈਂ ਕਿਹਾ ਜੀ 170 ਦੇ ਨਾਲ ਦੀ ਲਿਆ ਦੇਣਾ ਸਾਨੂੰ ਚੜਾ ਕੇ, ਵਾਹਿਗੁਰੂ ਦੀ ਮਿਹਰ ਹੈ ਚਲੋ ਸਾਡਾ ਭਰਾ ਭੱਜ ਗਿਆ, ਸਾਨੂੰ ਹੋਰ ਨਹੀਂ ਕੋਈ ਚੱਕਰ, ਕਾਰਾਂ ਕੂਰਾਂ ਤਾਂ ਵੱਜਦੀਆਂ ਰਹਿੰਦੀਆਂ, ਚਲੋ ਵਾਹਿਗੁਰੂ ਦੀ ਮਿਹਰ ਹੈ ਜੀ, ਭਰਾ ਭੱਜ ਗਿਆ। ਤੁਸੀਂ ਕਿੱਥੋਂ ਜੀ? ਮੋਹਣ ਕੇ ਠਾੜ ਤੋਂ ਜੀ। ਕੀ ਨਾਂ ਹੈ ਤੁਹਾਡਾ? ਐਪੀ ਜੀ ਮੇਰਾ ਨਾਮ। ਤੁਹਾਡੇ ਬ੍ਰਦਰ ਨੇ ਜਿੰਨਾ ਦਾ ਬ੍ਰਦਰ ਭਰਾਵਾਂ ਤੋਂ ਹੀ ਵੱਧ ਕੇ ਸਾਡਾ ਪਿਆਰੇ ਮਿੱਤਰ ਹੀ ਸਾਡਾ ਮਿੱਤਰ, ਹਾਂਜੀ ਠੀਕ ਹੈ। ਮੁਲਾਜ਼ਮ ਨੇ ਇਹ? ਨਹੀਂ ਨਹੀਂ ਇਹ ਮੁਲਾਜ਼ਮ ਨਹੀਂ ਜੀ। ਕਿਹੜੇ ਹਸਪਤਾਲ ਗਿਆ? ਇਹ ਸਿਵਲ ਹਸਪਤਾਲ ਜਲਾਲਾਬਾਦ ਜੀ। ਇਹ ਅੱਜ ਸਵੇਰ ਦੀ ਕਰੀਬ ਗੱਲ ਆ, ਸਾਨੂੰ ਤਲਾਹ ਮਿਲੀ ਆ ਵੀ ਪਿੰਡ ਬਾਬਾ ਬਸਤੀ ਸਰੂਪਦਾਸ ਦੇ ਨੇੜੇ ਐਕਸੀਡੈਂਟ ਹੋ ਗਿਆ, ਇੱਕ ਸਾਈਡ ਤੋਂ ਕਾਰ ਆ ਰਹੀ ਸੀਗੀ, ਇੱਕ ਸਾਈਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀਗੀ, ਇੱਥੇ ਥੋੜ੍ਹਾ ਜਿਹਾ ਸੜਕ ਦੇ ਵਿੱਚ ਥੋੜ੍ਹਾ ਜਿਹਾ ਹੋਣ ਕਰਕੇ ਉਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਲੱਗ ਗਈਆਂ ਗੱਡੀਆਂ, ਮੌਕੇ 'ਤੇ ਪਹੁੰਚੇ ਹਾਂ, ਕੁਛ ਕਾਰ ਵੀ ਚੱਲ ਰਹੀ ਹੈ, ਪੁੱਛ ਗਿੱਛ ਹੋ ਰਹੀ ਆ, ਉਹਦੇ ਮੁਤਾਬਕ ਜਿਹੜੀ ਬਣਦੀ ਆ ਕਾਰ ਦੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ? ਸੱਟਾਂ ਸੁੱਟਾਂ ਲੱਗੀਆਂ ਕਹਿੰਦੇ? ਕੋਈ ਨਹੀਂ ਹੈਗਾ, ਜਿਸ ਮੁਤਾਬਕ ਬੱਸ ਦੇ ਕੰਡਕਟਰ ਅਤੇ ਬੱਸ ਦੇ ਡਰਾਈਵਰ ਦੱਸ ਰਹੇ ਨੇ, ਸਵਾਰੀ ਦੇ ਕਿਸੇ ਦੇ ਕੋਈ ਵੀ ਮਾਲੀ ਜਾਨੀ ਨੁਕਸਾਨ ਨਹੀਂ। ਸਾਰੇ ਆਸ ਪਾਸ ਦੇ ਲੋਕ ਕਹਿੰਦੇ ਨੇ ਜਿਹੜਾ ਸੜਕ 'ਚ ਖੱਡਾ ਬੜਾ ਅੱਗੇ ਵੱਡਾ, ਉਹਦੇ ਕਰਕੇ ਡੇਲੀ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੁੰਦਾ। ਉਹ ਪੰਚਾਇਤ ਇਹਦੀ ਰਿਪੇਅਰ ਕਰ ਰਹੀ ਸੀਗੀ, ਇੱਕ ਸਾਈਡ ਤੋਂ ਪੰਚਾਇਤ ਨੇ ਰਿਪੇਅਰ ਕਰਾ ਦਿੱਤੀ ਹੈਗੀ ਆ, ਦੂਜੀ ਸਾਈਡ ਤੋਂ ਰਿਪੇਅਰ ਚੱਲ ਰਹੀ ਸੀਗੀ, ਇਹਦੇ 'ਚ ਜਿਹੜਾ ਪਿੰਡ ਦਾ ਪਾਣੀ ਪੂਣੀ ਦਾ ਨਿਕਾਸ ਨਾ ਹੋਣ ਕਰਕੇ ਕਿਤੇ ਸੜਕ ਦੇ ਥੋੜ੍ਹੇ ਜਿਹੇ ਖੱਡੇ ਦੀ ਹੈਗੀ ਆ। ਕਹਿੰਦੇ ਨੇ ਇਹ ਤਾਂ ਜੀ ਆਇਆ, ਹੁਣ ਜੋ ਤਫਤੀਸ਼ ਵਿੱਚ ਸਾਹਮਣੇ ਗੱਲ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਹੈਗੀ ਜੀ, ਜਿਹਦਾ ਕਸੂਰ ਬਣੇਗਾ ਉਹਦੇ ਮੁਤਾਬਕ ਚੱਲਿਆ ਜਾਏਗਾ। ਸੱਟਾਂ ਸੁੱਟਾਂ ਲੱਗੀਆਂ ਜੀ ਇਸ ਹਾਦਸੇ 'ਚ ਲੋਕਾਂ ਦੇ? ਹਾਂ ਨਹੀਂ ਜੀ, ਉਸ ਤਰ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਗਾ, ਗੱਡੀਆਂ ਦੋਨਾਂ ਦੇ ਨੁਕਸਾਨ ਹੋਇਆ, ਉਹੋ ਜੀ ਹਾਲੇ ਤੱਕ ਕੋਈ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਆਈ, ਬੱਸ ਦੀ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਨੇ ਅਤੇ ਕਈ ਲੋਕ ਇੱਥੇ ਆਪਣੀ ਜਾਨ ਵੀ ਗਵਾ ਚੁੱਕੇ ਨੇ। ਉਹਨਾਂ ਨੇ ਦੱਸਿਆ ਕਿ ਹਾਦਸਿਆਂ ਦੀ ਵਜ੍ਹਾ ਸੜਕ ਦੇ ਟੁੱਟੇ ਹੋਣਾ ਹੈ ਅਤੇ ਸੜਕ ਟੁੱਟਣ ਦੇ ਕਾਰਨ ਪਿੰਡ ਦੇ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਪਾ ਰਹੀ। ਉਹਨਾਂ ਨੇ ਕਿਹਾ ਕਿ ਖੱਡਿਆਂ ਦੇ ਚਲਦਿਆਂ ਰੋਜ਼ਾਨਾ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ, ਲੇਕਿਨ ਬਾਰ ਬਾਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚਲਦਿਆਂ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਨੇ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਜਿੰਨੇ ਵੀ ਖੱਡੇ ਨੇ ਇਹਨਾਂ ਸਾਰਿਆਂ ਨੂੰ ਭਰਿਆ ਜਾਵੇ। ਲੋਕਾਂ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਹਾਈਵੇ ਜਾਮ ਕਰ ਧਰਨਾ ਦਿੱਤਾ ਜਾਵੇਗਾ। ਜਗਬਾਣੀ ਟੀਵੀ ਲਈ ਆਦਰਸ਼ ਜਸਨ ਦੀ ਰਿਪੋਰਟ।